ਲਖਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਸੀਂ ਬੀਬੀਸੀ ਟੋਰਾਂਟੋ ਹੈੱਡਕੁਆਟਰ ਤੋਂ ਕਾਲ ਕਰ ਰਹੇ ਹਾਂ। ਹਾਂਜੀ, ਅਸੀਂ ਬੀਬੀਸੀ ਟੋਰਾਂਟੋ ਹੈੱਡਕੁਆਟਰ ਤੋਂ ਕਾਲ ਕਰ ਰਹੇ ਹਾਂ ਤਾਂ ਇਨਵੈਸਟੀਗੇਟਿੰਗ ਦੇ ਵਿੱਚ ਇਨਵੈਸਟੀਗੇਟਰ ਹੋ ਔਰ ਅਸੀਂ ਇੱਕ ਸਟੋਰੀ ਨੂੰ ਕਵਰ ਕਰ ਰਹੇ ਹਾਂ, ਤੁਹਾਡੀ ਬ੍ਰੌਡਕਾਸਟ ਟੈਲੀਕਾਸਟ ਕਰ ਰਹੇ ਆਵਾਜ਼ ਨੂੰ। ਤੁਹਾਡੀ ਲੜਕੀ ਦਾ ਨਾਮ ਤੁਸੀਂ ਜਾਣਦੇ ਹੋ ਕਿ ਆਪਣੇ ਪਰਮਿੰਦਰ ਕੌਰ ਹੈ ਔਰ ਇਹਨਾਂ ਦੀ ਸ਼ਾਦੀ ਹੋਈ ਸੀ ਤੁਹਾਡੇ ਜਿਹੜਾ ਜਵਾਈ ਹੈ ਮਨਦੀਪ ਦੇ ਨਾਲ। ਚੱਕਰ ਕੀ ਹੋਇਆ ਸਰਾਜ ਸਾਹਿਬ? ਤੁਹਾਡੀ ਬੜੀ ਇੰਨੀ ਰਿਸਪੈਕਟ ਹੈ ਇਸ ਇਲਾਕੇ ਦੇ ਵਿੱਚ, ਤੁਹਾਡੀ ਬੜੀ ਕਦਰ ਹੈ ਔਰ ਤੁਸੀਂ ਬੜਾ ਪਰਿਵਾਰ ਜਿਹੜਾ ਆ ਪ੍ਰਸ਼ੰਸਾ ਤੁਹਾਡੀ ਹੁੰਦੀ ਆ, ਇਹ ਕਾਰਨ ਕੀ ਹੋਇਆ? ਬੱਚਿਆਂ ਦੇ ਆਪਸ ਵਿੱਚ ਬਣੀ ਨਹੀਂ, ਕਾਰਨ ਕੀ ਹੈ? शादी कराई लव मैरिज की, उन्होंने 30 लाख रुपया लाया है, 2014 शादी हुई है, थोड़े से एफ आर ए हो चुकी है और थोड़ी लड़की एक तो बद जिंदगी दे विच साथी चेंज कर रही है तो किते ने इन्होंने सानू दस्सिया है और 30 लाख रुपये थले आ चुके ने, कैनेडा में थोड़ी कुड़ी आ चुकी है और ਤੁਸੀਂ ਇਹਦਾ ਹੱਲ ਕੀ ਲੱਭਦੇ ਹੋ? ਤੁਸੀਂ ਇੱਕ ਕੁੜੀ ਦੇ ਬਾਪ ਹੋ, ਤੁਸੀਂ ਜ਼ਿੰਮੇਵਾਰ ਹੋ ਔਰ ਬਾਪ ਜਿਹੜਾ ਆ ਤੇ ਮਾਂ ਬੱਚੇ ਦੀ ਸੌ ਨਹੀਂ ਸਕਦੀ, ਗੂੜੀ ਨੀਂਦ ਹੈ ਜਿਹਨੂੰ ਚ ਇੱਕ ਬੱਚੇ ਆਪਣੇ ਘਰ ਦੇ ਵਿੱਚ ਆਰਾਮ ਨਾਲ ਨਹੀਂ ਆਪਣੀ ਜ਼ਿੰਦਗੀ ਜੀਵਨ ਬਤੀਤ ਕਰਦੇ। ਇੱਕ ਕਸੂਰ ਕਿਹਦਾ ਆ? ਤੁਹਾਡੀ ਲੜਕੀ ਧੀ ਰਾਣੀ ਦਾ ਆ ਜਾਂ ਮਨਦੀਪ ਦਾ ਜਵਾਈ ਦਾ ਆ? ਦੇਖੋ, ਲੜਕੀ ਨੇ ਇਹਨੂੰ 2 ਵਾਰੀ ਸਪਾਂਸਰ ਕੀਤਾ, ਇਹਦਾ ਵੀਜ਼ਾ ਇਹਦਾ ਨਹੀਂ ਲੱਗਿਆ। ਹਾਂ ਹਾਂ, ਤੇ ਫਿਰ ਉਹ ਲੜਕੀ ਦਾ ਕੀ ਕਸੂਰ ਸੀ? ਪਰ ਲੜਕੀ ਦੇ ਨਾਲ ਇੱਕ ਮੁੰਡਾ ਹੈ ਇੰਦਰਪ੍ਰੀਤ ਥਿੰਦ ਅਤੇ ਇੱਕ ਹੋਰ ਲੜਕਾ ਆ ਉਹਦੇ ਨਾਲ, ਇਹਨਾਂ ਨੇ ਆਪਸ ਵਿੱਚ ਚੋਲ ਮੋਲ ਕਰਦੇ ਨੇ ਫੇਸਬੁੱਕ 'ਤੇ। ਇਹ ਚੱਕਰ ਕੀ ਹੈ? ਇੱਕ ਸ਼ਾਦੀਸ਼ੁਦਾ ਲੜਕੀ ਤੁਹਾਡੀ ਦਾਗ ਲਾ ਰਹੀ ਹੈ ਤੁਹਾਡੀ ਚਾਦਰ ਨੂੰ, ਤੁਹਾਡੇ ਤੁਹਾਡੇ ਪਰਿਵਾਰ ਨੂੰ, ਤੁਹਾਡੀ ਦਸਤਾਰ ਨੂੰ। ਇਹ ਪਰਮਿੰਦਰ ਸਿੰਘ ਹੈ ਆਪਣੇ, ਲਖਵਿੰਦਰ ਸਿੰਘ, ਤੁਸੀਂ ਇੱਕ ਬਹੁਤ ਹੀ ਸਿਆਣੇ ਸਤਿਕਾਰਯੋਗ ਸਾਡੇ ਸਿਰ ਦੇ ਤਾਜ ਹੋ, ਤੁਸੀਂ ਇਸ ਨੂੰ ਕਿਵੇਂ ਰੋਕ ਲਏ ਹੋ? ਅੱਜ ਕੱਲ੍ਹ ਦੀਆਂ ਧੀਆਂ ਕਿਉਂ ਕਰ ਰਹੀਆਂ, ਕੈਨੇਡਾ ਆਣ ਕੇ ਮੁੱਕ ਰਹੀਆਂ ਨੇ? ਇਹ ਤਾਂ ਇਹ ਕਹਿ ਰਹੇ ਆ, ਹੁਣ ਸਾਨੂੰ ਤਾਂ ਇਸ ਗੱਲ ਦਾ ਪਤਾ ਨਹੀਂ, ਇਹ ਕਹਿ ਰਹੇ ਆ। ਤੁਸੀਂ 2 ਵਾਰੀ ਸਪਾਂਸਰ ਕੀਤਾ, 2 ਵਾਰੀ ਰਿਫਿਊਜ਼ ਹੋਇਆ? ਹਾਂਜੀ। ਸੋ ਤੁਹਾਡਾ ਕੋਈ ਕਸੂਰ ਨਹੀਂ, ਇਹ ਮੁੰਡੇ ਦਾ ਕਸੂਰ ਹੈ? ਇਹ ਤਾਂ ਹੁਣ ਜੀ ਵੀਜ਼ਾ ਅਸੀਂ ਥੋੜੀ ਦੇਣਾ, ਵੀਜ਼ਾ ਤਾਂ ਅੰਬੈਸੀ ਨੇ ਦੇਣਾ, ਹੁਣ ਪਤਾ ਨਹੀਂ ਕਾਹਤੋਂ ਨਹੀਂ ਦਿੱਤਾ। ਉਹਨੇ ਤਾਂ 2 ਵਾਰੀ ਸਪਾਂਸਰ ਇਹਨੂੰ ਕੀਤਾ ਸੀਗਾ, ਇਹਨੂੰ ਨਹੀਂ ਵੀਜ਼ਾ ਮਿਲਿਆ। ਤੁਸੀਂ ਇਹਦੇ ਪੈਸੇ ਵਾਪਸ ਕਰਨ ਨੂੰ ਤਿਆਰ ਹੋ ਇਸ ਪਰਿਵਾਰ ਦੇ 30 ਲੱਖ ਰੁਪਈਆ? ਨਹੀਂ, 30 ਲੱਖ ਕੌਣ ਕਿਹਨੇ ਲਾਇਆ? 30 ਤਾਂ ਲਾਇਆ ਹੀ ਨਹੀਂ ਇਹਨਾਂ ਨੇ। ਕਿੰਨਾ ਲਾਇਆ ਜੀ ਇਹਨਾਂ ਨੇ? 1 ਲੱਖ ਲਾਇਆ, 2 ਲੱਖ ਲਾਇਆ, 12 ਤੇ 11 ਲੱਖ ਤਾਂ ਅਸੀਂ ਲਾਇਆ। ਬਾਕੀ ਇਹਨਾਂ ਨੇ ਕਿੰਨਾ ਲਾਇਆ? ਇਹਨਾਂ ਨੇ 3-4 ਲੱਗਿਆ ਹੋਣਾ ਇਹਨਾਂ ਦਾ। ਇਹਨਾਂ ਨੇ 3 ਲੱਗਾ ਤੇ ਤੁਹਾਡਾ ਬਾਕੀ ਲੱਗਾ। ਮਨਦੀਪ, ਤੁਸੀਂ ਕੀ ਕਹਿਣਾ ਚਾਹੁੰਦੇ? ਬੋਲੋ ਮਨਦੀਪ। ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ, ਮੇਰੇ ਕੋਲੇ ਇਕੱਲਾ ਪੈਸੇ ਦਾ ਲੱਗੇ ਦਾ ਪ੍ਰੂਫ ਹੈਗਾ। ਜੋ ਵੀ ਲੱਗਿਆ ਹੋਇਆ, ਜਿੱਥੋਂ ਲੱਗਿਆ, ਕਿਵੇਂ ਲੱਗਿਆ, ਕਿੱਥੋਂ ਆਇਆ, ਸਾਰਾ ਕੁਝ ਪ੍ਰੂਫ ਆ ਮੇਰੇ ਕੋਲ। ਮਨਦੀਪ, ਤੁਹਾਡੀ ਵਾਈਫ ਨੇ ਤੁਹਾਨੂੰ 2 ਵਾਰੀ ਸਪਾਂਸਰ ਕੀਤਾ? 1 ਵਾਰੀ ਕੀਤਾ ਸੀਗਾ ਜੀ, 1 ਵਾਰੀ ਤਾਂ ਜਦੋਂ ਇਹਦਾ ਵੀਜ਼ਾ ਆਇਆ ਸੀਗਾ ਇੰਡੀਆ ਦੇ ਵਿੱਚ ਸੀਗੀ। ਹਾਂ ਹਾਂ, ਤੇ ਏਜੰਟ ਜਿਹੜਾ ਸੀਗਾ ਉਹਨੇ ਉਸੇ ਟਾਈਮ ਅਪਲਾਈ ਕਰਤਾ ਸੀਗਾ ਟੂਰਿਸਟ ਵੀਜ਼ਾ, ਉਹ ਨਹੀਂ ਲੱਗਿਆ ਗਾ। ਤੇ ਉਸ ਤੋਂ ਬਾਅਦ ਇਹਨੇ ਬਾਹਰ ਜਾ ਕੇ 1 ਵਾਰੀ ਅਪਲਾਈ ਕੀਤਾ, ਪਤਾ ਨੀ ਉਹ ਕਾਗਜ਼ ਇਹਨੇ ਗਲਤ ਭੇਜੇ ਜਾਂ ਕੁਛ ਵੀ ਆ, ਤੇ ਉਦੋਂ ਰਿਜੈਕਟ ਹੋਇਆ ਜੀ। 6 ਮਹੀਨੇ ਬਾਅਦ ਹੀ ਇਹਨੇ ਭੇਜਿਆ ਸੀਗਾ, ਉਹ ਵੀ ਸੀਗਾ ਸਪੌਂਸਰ ਸੀਗੀ ਮੈਰੀ ਐਨੀਵਰਸਰੀ ਤੇ। ਨਹੀਂ, ਪਹਿਲਾਂ ਵੀਜ਼ਾ ਟੂਰਿਸਟ ਵੀਜ਼ਾ ਤੁਸੀਂ ਵਿਆਹ ਹੋਏ, ਟੂਰਿਸਟ ਵੀਜ਼ਾ ਕਿਉਂ ਲਾਇਆ ਤੁਸੀਂ? ਹਾਂਜੀ ਸਰ, ਪਤਾ ਨਹੀਂ ਜੀ, ਇਹਨੇ ਆਪ ਹੀ ਪੁੱਛ ਕੇ ਲਾਇਆ, ਕਹਿੰਦੀ ਟੂਰਿਸਟ ਲੱਗੂਗਾ। ਦੱਸੋ, ਸ਼ਾਦੀ ਸ਼ੁਦਾ ਹੋ ਤਾਂ ਤੁਸੀਂ ਇਮੀਗ੍ਰੇਸ਼ਨ ਨੂੰ ਅੱਖੀ ਘੱਟਾ ਪਾਉਂਦੇ ਹੋ, ਇਹ ਝੂਠ ਬੋਲ ਰਹੀ, ਇਮੀਗ੍ਰੇਸ਼ਨ ਦੇ ਨਾਲ ਫਰੌਡ ਕੀਤਾ ਆ, ਅਸੀਂ ਇਨਫੋਰਮ ਕਰਾਂਗੇ ਇੱਥੋਂ ਡਿਪਾਰਟਮੈਂਟ ਨੂੰ ਕਿ ਕੁੜੀ ਫਰੌਡ ਕਰ ਰਹੀ ਹੈ, ਮੈਰਿਡ ਹੈ ਤੇ ਟੂਰਿਸਟ ਵੀਜ਼ਾ ਕਿਉਂ ਅਪਲਾਈ ਕਰਦੀ ਆ? ਹਾਂਜੀ, ਆਪਣੇ ਲਖਵਿੰਦਰ ਸਿੰਘ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਬੱਚਾ ਕਹਿੰਦਾ 1 ਵਾਰੀ ਕੀਤਾ, ਤੁਸੀਂ ਕਹਿੰਦੇ 2 ਵਾਰੀ ਕੀਤਾ, ਲਖਵਿੰਦਰ ਸਿੰਘ ਝੂਠ ਕੌਣ ਬੋਲ ਰਿਹਾ ਇੱਥੇ? 2 ਵਾਰੀ ਕੀਤਾ ਜੀ, 2 ਵਾਰੀ ਕੀਤਾ ਹੈ। ਮਨਦੀਪ, ਤੂੰ ਸੱਚ ਬੋਲੋ, 2 ਵਾਰੀ ਕੀਤਾ? ਸਰਦਾਰ ਸਾਹਿਬ ਕਹਿੰਦੇ ਨੇ 2 ਵਾਰੀ ਕੀਤਾ, ਤੁਸੀਂ ਕਹਿੰਦੇ 1 ਵਾਰੀ ਕੀਤਾ? ਇੱਕ ਵਾਰੀ ਸਪਾਂਸਰ ਭੇਜੀ ਆ, 1 ਵਾਰੀ ਇੰਡੀਆ ਤੋਂ ਹੀ ਅਸੀਂ ਅਪਲਾਈ ਕੀਤਾ ਜੀ, ਪਰਮਿੰਦਰ ਕੌਰ ਵੀ ਉਦੋਂ ਇੰਡੀਆ ਸੀ, ਉਹਦਾ ਵੀਜ਼ਾ ਆ ਚੁੱਕਾ ਜੀ ਸਰ, ਪਰ ਹੈ ਉਹ ਇੰਡੀਆ ਸੀਗੀ। ਹਾਂਜੀ ਸਰਦਾਰ ਸਾਹਿਬ, ਤੁਸੀਂ ਕਹਿ ਰਹੇ ਹੋ ਕਿ 2 ਵਾਰੀ ਵੀਜ਼ਾ ਕੀਤਾ, ਵੀ ਕੁੜੀ ਦਾ ਵੀ ਕੀ ਕਸੂਰ ਆ, ਪਰ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਬੇਟੀ ਦਾ ਕਸੂਰ ਆ ਕਿ ਜੇ ਚਲੋ 12 ਸਾਲ ਵੀ ਇੱਕ ਕਹਾਣੀ ਬਣੀ ਆ ਕਿ 12 ਸਾਲ ਵੇਟ ਕਰ ਲਈ ਸੀ, 2 ਵਾਰੀ ਵੀਜ਼ਾ ਤਾਂ ਮਹੀਨੇ 'ਚ ਵੀ ਭਾਵੇਂ ਰਿਫਿਊਜ਼ ਹੋ ਕੇ ਅਪਲਾਈ ਕਰ ਸਕਦੇ ਹੋ? ਤੁਸੀਂ ਆਪਣੀ ਬੇਟੀ ਨੂੰ ਕਿਹਾ ਨਹੀਂ ਕਿ ਤੁਸੀਂ ਆ ਬਾਹਰ ਕਿਹੜੇ ਗੁਲ ਖਿਲਾ ਰਹੇ ਹੋ? ਤਾਂ ਸਾਨੂੰ ਇਹ ਨਹੀਂ ਦੱਸਿਆ, ਸਾਨੂੰ ਉਹ ਕੀ ਪਤਾ ਹੀ ਆ।
ਤੁਸੀਂ ਜੇ ਇਹਨਾਂ ਨੇ ਦੱਸਿਆ ਤੁਸੀਂ ਉਦੋਂ ਕੋਈ ਫਰਮ ਐਕਸ਼ਨ ਨਹੀਂ ਲਿਆ ਜਦੋਂ ਇਹਨਾਂ ਨੇ ਦੱਸਿਆ ਤੁਸੀਂ ਆਪਣੀ ਬੇਟੀ ਨਾਲ ਗੱਲ ਕੀਤੀ ਨਹੀਂ ਕਿ ਹੋ ਰਿਹਾ ਤੁਹਾਡੀ ਬੇਟੀ ਤੇ 420 ਦਾ ਪਰਚਾ ਹੋਇਆ ਗਾ ਧੀਆਂ ਵਾਲੇ ਆਪਾਂ ਫਿਕਰ ਨਹੀਂ ਤੁਹਾਨੂੰ जेल गए को नहीं हले नहीं कदों जा रहे हो हले केस चल रहा जी केस चल रहा थोड़ा सो तुसी मानते हो कि तुसी एक परिवार ने धोखा किया या थोड़ी लड़की शादी शुदा हो गई मेरी गल सुनो 50 लाख कितो 12 13 लाख रुपया लगता लड़की वाले दा ब्याह जेड़ा आ मुंडे वाले करदे आ जेड़े के हुंदे आ कि तुसी लड़की नाल लड़ कीती होई है असी सारी खर्चा करांगे ब्याह दे वे करांगे फीस दा भी करांगे कपड़े लीड़े दे भी करांगे जहाज दी टिकट भी देवांगे उत्थे रहण दा भी देवांगे तां किन्ने 25-30 लाख रुपया तां ब्याह शादियां ते आम लग जांदे जेड़े कि लड़के वाल ला दिंदे ने बिल्कुल इह तुसी मैनूं कहण दी कोशिश ना करो कि 50 लाख नहीं लगदा लखविंदर सिंह मैं बच्चा नहीं है तुहाडी उम्र तों मेरी ज्यादा उम्र है डोंट प्ले डर्टी गेम बिल्कुल जी आस्किंग यू वन सेकंड मेक श्योर के ਤੁਸੀਂ ਇਹਨੂੰ ਤੁਹਾਡੇ ਜਦ ਪਤਾ ਆ ਕਿ ਸ਼ਾਦੀਸ਼ੁਦਾ ਲੜਕੀ ਹੈ ਤੇ ਤੁਹਾਡੀ ਲੜਕੀ ਲੜਕੇ ਨੂੰ ਆਪਣੇ ਮਨਦੀਪ ਤੁਹਾਡੀ ਵਾਈਫ 2015 ਵਿੱਚ ਆ ਗਈ ਤਾਂ ਕਿੰਨੇ ਮਹੀਨੇ ਗੱਲ ਕੀਤੀ ਉਹਨੇ ਸਰ 2016 ਮਾਰਚ ਫਰਵਰੀ ਮਾਰਚ ਤੱਕ ਕੀਤੀ ਹੈ 2016 ਉਸ ਤੋਂ ਬਾਅਦ ਫਿਰ ਇਹਨਾਂ ਬਲੌਕ ਕਰ ਦਿੱਤਾ ਬਲੌਕ ਕਦੇ 2 ਮਹੀਨੇ ਬਲੌਕ ਕਰ ਦਿੱਤੀ ਜਦੋਂ ਮੈਂ ਇਹਨਾਂ ਨੂੰ ਦੱਸਦਾ ਸੀਗਾ ਵੀ ਤੂੰ ਇਹ ਕਹਿੰਦੇ ਸੀਗੇ ਤੂੰ ਸ਼ੱਕ ਕਰਦਾ ਤੂੰ ਇਦਾਂ ਕਰਦਾ ਉਦਾਂ ਕਰਦਾ ਮੈਨੂੰ ਇਹਨਾਂ ਨੇ ਪਾਗਲ ਤੱਕ ਕਹਿ ਦਿੱਤਾ ਸੀਗਾ मेरे घर ने मेरे दिमाग के टेस्ट कराए इना कुछ किया भी हां भी शायद हो गए डिप्रेशन डिप्रेशन मैं रहा इन गल करके गल नहीं अपने सहरे पागल कहे थे अपने दिमाग के टेस्ट कराए तुसी पागल हो जेड़ा तुहाडा सहरा ही इज अ डॉक्टर ही इज ब्रेन डॉक्टर ने लखविंदर सिंह होल्ड ऑन प्लीज स्टॉप इट होल्ड ऑन लखविंदर सिंह तुसी ब्रेन दे स्पेशल डॉक्टर हो नहीं क्यों क्योंकि तुसी कह रहे हो कि पागल है मुंडा कौन कह रहा ਤੁਸੀਂ ਕਹਿ ਰਹੇ ਹੋ ਅਸੀਂ ਕਿਹਾ ਹੀ ਨਹੀਂ ਇਹਨੂੰ ਕਦੇ ਗੱਲ ਹੀ ਨਹੀਂ ਕੀਤੀ ਇਹਦੇ ਨਾਲ ਕੋਈ ਵੀ ਤੂੰ ਪਾਗਲ ਹੈ ਜਾਂ ਕੀ ਕਰਦਾ ਵਾ ਮਨਦੀਪ ਬੋਲੋ ਕੀ ਕਹ ਬੋਲੋ ਹੁਣ ਕਾਊਂਟਰ ਕਰੋ ਹਾਂਜੀ ਸਰ ਮੈਂ ਜਦੋਂ ਪਰਮਿੰਦਰ ਕੌਰ ਨਾਲ ਗੱਲ ਹੋ ਰਹੀ ਸੀਗੀ ਜਾਂ ਇਹਨਾਂ ਨੂੰ ਹਨਾ ਪਤਾ ਨਹੀਂ ਮੈਨੂੰ ਇਹਨਾਂ ਨੂੰ ਸਾਰਾ ਕੁਝ ਪਤਾ ਸੀਗਾ ਜਾਂ ਮੈਨੂੰ ਨਹੀਂ ਕਹਿੰਦੇ ਨੂੰ ਪਤਾ ਸੀਗਾ ਜਦੋਂ ਮੈਂ ਇਹਨਾਂ ਨੂੰ ਦੱਸਿਆ ਜੀ ਤੁਹਾਡੀ ਕੁੜੀ ਮੇਰੇ ਨਾਲ ਗੱਲ ਨਹੀਂ ਕਰ ਰਹੀ ਜੀ ਮੈਨੂੰ ਬਲੌਕ ਰੱਖਦੀ ਆ ਆਪਦੇ ਫਰੈਂਡਸ ਨਾਲ ਗੱਲ ਕਰੀ ਜਾਂਦੀ ਆ ਜਾਂ ਕੁਝ ਵੀ ਕਰਦੀ ਆ ਹਨਾ ਮੇਰੇ ਤੋਂ ਚੋਰੀ ਰੱਖਦੀ ਆ ਇਹ ਕਹਿੰਦੇ ਸੀਗੇ ਵੀ ਤੂੰ ਸ਼ੱਕ ਕਰਦਾ ਬਿਨਾਂ ਗੱਲ ਤੋਂ ਤੂੰ ਪਾਗਲ ਹੋ ਜਾਣਾ ਏਦਾਂ ਹੋ ਜਾਣਾ ਇਹਨਾਂ ਨੇ ਬਾਅਦ ਚ ਮੇਰੇ ਘਰਦਿਆਂ ਨੂੰ ਫੋਨ ਲਾਉਣਾ ਵੀ ਤੁਹਾਡਾ ਮੁੰਡਾ ਪਾਗਲ ਹੋ ਗਿਆ ਇਹਨੂੰ ਟੈਸਟ ਕਰਾਓ ਇਹਨੂੰ ਡਾਕਟਰ ਨੂੰ ਚੈੱਕ ਕਰਾਓ ਡਿਪਰੈਸ਼ਨ ਹੋਊ ਏਦਾਂ ਹੋਊ ਉਦਾਂ ਹੋਊ ਤੇ ਘਰਦਿਆਂ ਨੇ ਮੇਰੇ ਨੂੰ ਚੈੱਕ ਕਰਾਇਆ ਮੈਂ ਉਸ ਟਾਈਮ ਰਹਿੰਦਾ ਸੀ ਟੈਨਸ਼ਨ ਦੇ ਵਿੱਚ ਮੈਨੂੰ ਪਤਾ ਕਿਉਂਕਿ ਮੈਂ ਉਸ ਟਾਈਮ ਕਿਸੇ ਨੂੰ ਗੱਲ ਨਹੀਂ ਦੱਸ ਰਿਹਾ ਸੀਗਾ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਲਖਵਿੰਦਰ ਸਿੰਘ ਤੁਹਾਨੂੰ ਪਤਾ ਕਿ ਤੁਹਾਡੀ ਲੜਕੀ ਜਿਹੜੀ ਹੈ ਕਿਸੇ ਹੋਰ ਸ਼ਾਦੀਸ਼ੁਦਾ ਹੋਣ ਦੇ ਬਾਵਜੂਦ ਕਿਸੇ ਲੜਕੀ ਨਾਲ ਸੰਬੰਧ ਬਣਾਏ ਹੋਏ ਨੇ ਅਮਰੀਕਾ ਆਪਣੇ ਪਰਮਨਦੀਪ ਕਿੱਥੇ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਦਾ ਮੁੰਡਾ ਜੀ ਆਸਟ੍ਰੇਲੀਆ ਦਾ ਮੁੰਡਾ ਇਹ ਇਕੱਠੇ ਜੌਬ ਕਰਦੇ ਸੀਗੇ ਮੈਰਿਜ ਤੋਂ ਪਹਿਲਾਂ ਟੋਇਟਾ ਕੰਪਨੀ ਵਿੱਚ ਲੁਧਿਆਣਾ ਇਹ ਜਾਣਦੇ ਨੇ ਆਪਣੇ ਲਖਵਿੰਦਰ ਸਿੰਘ ਹਾਂਜੀ ਜਾਣਦੇ ਆ ਜੀ ਇਹ ਲਖਵਿੰਦਰ ਸਿੰਘ ਤੁਸੀਂ ਜਾਣਦੇ ਹੋ ਇੱਕ ਇੰਦਰਜੀਤ ਥਿੰਦ ਨਾਮ ਦੇ ਲੜਕੇ ਨੂੰ ਨਾ ਮੈਂ ਨਹੀਂ ਜਾਣਦਾ ਮੈਂ ਕਿੱਥੋਂ ਜਾਣਦਾ ਮੈਨੂੰ ਤਾਂ ਪਤਾ ਹੀ ਨਹੀਂ ਇਹ ਸਾਫੇ ਹੈ ਮਨਦੀਪ ਤੁਸੀਂ ਸਾਫ ਸਪਸ਼ਟ ਬੋਲੋ ਛੋਟੇ ਸ਼ਬਦ ਵਿੱਚ ਬੋਲੋ ਕਿ ਉਹ ਕਹਿੰਦੇ ਕਿ ਫਾਦਰ ਸਾਹਿਬ ਸਰਦਾਰ ਲਖਵਿੰਦਰ ਸਿੰਘ ਕੱਲੀ ਗੱਲ ਦਾ ਪਤਾ ਜੀ ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦਾ ਇਹ ਜਿਹੜਾ ਇੰਦਰਪ੍ਰੀਤ ਸਿੰਘ ਮੁੰਡਾ ਸਿੰਧ ਇਹਨੇ ਵੀ ਮੇਰੇ ਤੇ ਕੇਸ ਕੀਤਾ ਜੀ ਵਿਆਹ ਤੋਂ ਬਾਅਦ ਮੇਰੇ ਤੇ ਕੇਸ ਹਾਂਜੀ ਜਦੋਂ ਕੁੜੀ ਨੇ ਮੇਰੇ ਤੇ ਕੇਸ ਕੀਤਾ ਕੁੱਟ ਮਾਰ ਦਾ ਦਾਜ ਦਾ ਨਾਲ ਹੀ ਇਸ ਮੁੰਡੇ ਨੇ ਕਰਤਾ ਮੇਰੇ ਤੇ ਕੇਸ ਜਦੋਂ ਮੈਨੂੰ ਇਹ ਫੋਟੋਸ ਮਿਲ ਗਈ ਇਹਨਾਂ ਨੂੰ ਇਹਨਾਂ ਦੀ ਈਮੇਲ ਆਈਡੀ ਤੋਂ ਤਾਂ ਇਹ ਮੁੰਡੇ ਨੇ ਵੀ ਮੇਰੇ ਤੇ ਕੇਸ ਕੀਤਾ ਕੇਸ ਕੀ ਕੀਤਾ ਜੀ ਇਹ ਮੁੰਡਾ ਕਹਿ ਰਿਹਾ ਮਨਦੀਪ ਸਿੰਘ ਪਰਮਿੰਦਰ ਕੌਰ ਦਾ ਹਸਬੰਡ ਸਾਨੂੰ ਬਲੈਕਮੇਲ ਕਰ ਰਿਹਾ ਸਾਡੀਆਂ ਪੁਰਾਣੀਆਂ ਫੋਟੋਸ ਦਿਖਾ ਕੇ ਅਸੀਂ ਇਕੱਠੇ ਟੋਇਟਾ ਦੇ ਵਿੱਚ ਕੰਮ ਕਰਦੇ ਸੀਗੇ ਤੇ ਪਹਿਲਾਂ ਰਿਲੇਸ਼ਨ ਸੀਗਾ ਹੁਣ ਕੁਛ ਨਹੀਂ ਹੈਗਾ ਬਸ ਸਾਨੂੰ ਬਲੈਕਮੇਲ ਕਰ ਰਿਹਾ ਤੇ ਉਸ ਤੋਂ ਬਾਅਦ ਅਗਲੇ ਦਿਨ ਕੀ ਹੁੰਦਾ ਮੈਂ 2 ਦਿਨਾਂ ਬਾਅਦ ਵੀ ਇਹ ਆਪ ਹੀ ਇਹ ਕੇਸ ਵਾਪਸ ਲੈ ਲੈਂਦੇ ਆ ਲਖਵਿੰਦਰ ਸਿੰਘ ਹੁਣ ਤੁਹਾਡਾ ਫੈਸਲਾ ਕੀ ਹੈ ਤੁਸੀਂ ਆਪਣੀ ਲੜਕੀ ਧੀ ਇਹਦੇ ਘਰ ਵਸਾਉਣੀ ਚਾਹੁੰਦੇ ਹੋ ਜਾਂ ਨਹੀਂ
मेरी गल सुनो, इन्हें पूछो पैसा लिया सातो कि नहीं, पहला ये पूछो कि सच बोल पैसा लिया सातो कि नहीं, कोई पूछो तो इन्हों तो। मनदीप तुसी को पैसा लिया हुण इस राजीनामे दे विच? नहीं जी, नहीं कोई पैसा नहीं लिया जी पैसा। अच्छा जे इन्होंने पैसा लाना हुंदा तो मेरे नाल विआह क्यों करवाउणा सीगा, कल्ले भेज दिंदे जे पैसा सीगा इन्हां कोले। लखविंदर सिंह तुसी एक मिनट, लखविंदर सिंह तुसी इन्हां नूं पैसे दित्ते करो दित्ते? 10,70,000 रुपया इन्हां नूं कैश दित्ता। कदों दित्ता, कादे वास्ते? बाहर जाण वास्ते। ਬਾਹਰ ਜਾਣ ਵਾਸਤੇ ਕਾਹਦੇ? ਸਾਨੂੰ ਦਿੱਤਾ ਨੀ। ਨਹੀਂ ਨਹੀਂ ਹੋਲਡ ਔਨ, ਬਾਹਰ ਤਾਂ ਨਹੀਂ ਨਹੀਂ ਬਾਹਰ ਕਿਹਦੇ ਜਾਣ ਵਾਸਤੇ? ਮੇਰੀ ਇੱਕ ਮਿੰਟ ਗੱਲ ਸੁਣੋ, ਇਹਨਾਂ ਦੀ 10,70,000 ਇਹਨਾਂ ਨੂੰ ਦਿੱਤਾ, ਉਹ ਰਿਕਾਰਡਿੰਗ ਸਾਡੇ ਕੋਲੇ ਪਈ ਆ, ਇਹਦੇ ਡੈਡੀ ਦੀ ਰਿਕਾਰਡਿੰਗ ਆ ਵੀ ਹਾਂ ਕਹਿੰਦੇ ਮੈਨੂੰ ਪੈਸਾ ਦਿੱਤਾ, ਇਹਦੀ ਮੰਮੀ ਕਹਿੰਦੀ ਹਾਂ ਅਸੀਂ ਦਾਜ ਦਾ ਲਿਆ, ਇਹ ਕਹਿੰਦੇ ਪੈਸੇ ਨੀ ਲਏ। ਮੈਨੂੰ ਸਮਝ ਨੀ ਆ ਰਹੀ, ਲੜਕੀ ਤਾਂ ਤੁਹਾਡੀ ਆਇਲਟ ਕਰਕੇ ਗਈ ਆ, ਮੁੰਡੇ ਨੇ ਤੁਹਾਡੇ ਇੱਕ ਮੁੰਡੇ ਨੇ ਜਾਣਾ ਆ ਤੁਹਾਡੇ ਇੱਕ ਪੌੜੀ ਦਾ ਪੌੜੀ ਬਣ ਕੇ ਇਹਦੇ ਨਾਲ ਆਪਣੀ ਲੜਕੀ ਨਾਲ, ਤੇ ਤੁਸੀਂ 10,00,000 ਕਰ ਦਿੱਤਾ ਇਹਨੂੰ, ਮੁੰਡੇ ਨੂੰ 10,00,000 ਕਿਉਂ ਦਿੱਤਾ ਪੈਸਾ? ਇਹ ਕਹਿੰਦੇ ਅਸੀਂ ਸਾਨੂੰ ਅਸੀਂ ਕਹਿੰਦੇ ਨਾ ਦਾਜ ਨਾ ਸਾਨੂੰ ਦਿਓ ਤੇ ਆਪਾਂ ਪੈਸੇ ਅੱਧੇ ਤੇ ਲਾ ਕੇ ਭੇਜ ਦਿੰਦੇ ਹਾਂ। ਅਸੀਂ ਕਿਹਾ ਚੱਲ ਸਾਨੂੰ ਕੀ, ਅਸੀਂ ਪੈਸੇ ਦੇ ਦਿੰਦੇ ਹਾਂ, ਅਸੀਂ ਕੁੜੀ ਦੇ ਵਿਆਹ ਤੇ ਵੀ ਇੰਨੇ ਲਾਉਣੇ ਆ। ਫਿਰ ਦਾਜ ਦਾ ਪਰਚਾ ਤੁਸੀਂ ਕਿਸ ਬੇਸਡ ਕੀਤਾ ਸੀ ਜੀ? ਤੁਸੀਂ ਜਿਹੜਾ ਪਰਚਾ ਜਿਹੜਾ 10,00,000 ਆ ਇਹ ਫਿਰ ਦਾਜ ਥੋੜਾ ਦਿੱਤਾ, ਤੁਸੀਂ ਕੁੜੀ ਨੂੰ ਭੇਜਣ ਦੇ ਪੈਸੇ ਫੀਸ ਧਾਰੀ ਆ? ਪੈਸੇ ਇਹਨਾਂ ਨੂੰ ਦਿੱਤੇ ਨਾ 10,70,000, ਇਹ ਕਹਿੰਦੇ ਪੈਸੇ ਨਹੀਂ ਦਿੱਤੇ। ਪਹਿਲੀ ਗੱਲ ਮੇਨ ਇੱਥੋਂ ਸ਼ੁਰੂ ਕਰੋ ਵੀ ਲਏ ਕਿ ਨਹੀਂ ਲਏ। ਮੇਰਾ ਸਵਾਲ ਇਹ ਨਹੀਂ, ਮੇਰਾ ਸਵਾਲ ਇੱਕ 10,00,000 ਰੁਪਈਆ ਤੁਸੀਂ ਕੈਨੇਡਾ ਦੀ ਫੀਸ ਭਰੀ ਆ, ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਅਸੀਂ ਇਹਨਾਂ ਨੂੰ ਕੈਸ਼ ਦਿੱਤਾ। ਨਹੀਂ ਨਹੀਂ ਕੈਸ਼ ਦਿੱਤਾ ਕਾਹਦੇ ਵਾਸਤੇ ਦਿੱਤਾ? ਬਾਹਰ ਜਾਣ ਵਾਸਤੇ। ਬਾਹਰ ਜਾਣ ਦੇ ਬਾਅਦ ਤੁਸੀਂ ਫਿਰ ਕਿਉਂ ਕਹਿ ਰਹੇ ਹੋ ਕਿ 10,00,000 ਰੁਪਈਆ ਦਾਜ ਦਾ ਦਿੱਤਾ? ਤੁਸੀਂ ਝੂਠ ਬੋਲ ਰਹੇ ਹੋ। ਹਾਂਜੀ, ਤੁਸੀਂ ਆਪਣੀ ਸਟੇਟਮੈਂਟ ਚੇਂਜ ਕਰ ਰਹੇ ਹੋ ਸਰਦਾਰ ਲਖਵੀਰ ਸਿੰਘ ਜੀ, ਤੁਹਾਡੀ ਸਟੇਟਮੈਂਟ ਜਿਹੜੀ ਆ ਔਨ ਦੀ ਰਿਕਾਰਡ ਜਾ ਰਹੀ ਆ। ਬਿਲਕੁਲ ਜੀ, 10,70,000 ਰੁਪਏ ਅੱਜ ਵੀ, ਅੱਜ ਤੋਂ 5 ਸਾਲ ਪਹਿਲਾਂ ਵੀ ਇਹੀ ਰਿਕਾਰਡ ਸਾਡੀ ਆ, ਉਹ ਆ ਬਿਆਨ ਆ, ਹੁਣ ਵੀ ਇਹੀ ਆ, ਉੱਥੇ ਵੀ ਲਿਖਾਏ ਹੋਏ ਆ ਸੀ। 10,70,000 ਰੁਪਈਆ ਤੁਸੀਂ ਆਪਣੀ ਲੜਕੀ ਨੂੰ ਕੈਨੇਡਾ ਭੇਜਣ ਦਾ ਦਿੱਤਾ ਆ? ਇਹਨਾਂ ਨੂੰ ਦਿੱਤਾ, ਇਹਦੇ ਇਹਨਾਂ ਨੂੰ ਫੜਾਇਆ, ਇਹ ਮੁੰਡੇ ਨੂੰ ਮਨਦੀਪ ਨੂੰ ਫੜਾਇਆ, ਸਾਡੇ ਤੋਂ ਘਰੋਂ ਲੈ ਕੇ ਗਏ ਆ ਇਹ। ਮਨਦੀਪ, ਇਹ 10,00,000 ਜਿਹੜਾ ਰੁਪਈਆ ਆ, ਇਹ ਤੁਸੀਂ ਕੁੜੀ ਦੀ ਫੀਸ ਤਾਰੀ ਸੀ ਜਾਂ ਘਰ ਦੇ ਵਿੱਚ ਫਰਨੀਚਰ ਜਾਂ ਕਾਰ ਵਗੈਰਾ ਲੈ ਕੇ ਘੁੰਮੇ ਆ? ਬੋਲੋ। ਮੈਂ ਕਹਿੰਦਾ ਜੀ ਇਹਨਾਂ ਦੇ 10,00,000 ਨਾਲ ਮੈਂ ਕੋਠੀ ਵੀ ਪਾ ਲਈ ਆ ਜੀ। ਠੀਕ ਆ ਜੀ। ਮਨਦੀਪ, ਮੇਰਾ ਸਵਾਲ ਸਟੇਟ ਫਾਰਵਰਡ ਆ ਕਿ 10,00,000 ਰੁਪਈਆ ਤੁਸੀਂ ਇਹਨਾਂ ਨੇ ਦਿੱਤਾ, ਤੁਸੀਂ ਲਿਆ? ਕੋਈ ਰੁਪਈਆ ਨੀ, ਇੱਕ ਰੁਪਈਆ ਨੀ ਲਿਆ ਜੀ, ਇੱਕ ਰੁਪਈਆ, ਕੱਲਾ ਕੱਲਾ ਰੁਪਈਆ ਮੇਰੇ ਫਾਦਰ ਸਾਹਿਬ ਨੇ ਆਪਦਾ ਫੰਡ ਕਢਾਇਆ ਨੈਸਲੇ ਦੇ ਵਿੱਚੋਂ, ਲੋਨ ਕਰਵਾਇਆ ਜੀ HDFC ਤੋਂ, ਕੁਛ ਪਿੰਡ ਦੇ ਵਿੱਚ ਸਾਡੀ ਜ਼ਮੀਨ ਸੀ ਉਹ ਵੇਚੀ ਆ। ਨਹੀਂ 10,00,000 ਰੁਪਈਆ ਕਾਹਦੇ? ਇਹਨਾਂ ਨੇ ਕੈਨੇਡਾ ਭੇਜਣ ਦੀ ਖਾਤਰ ਕੋਈ ਫੀਸ ਦੇ ਪੈਸੇ ਦਿੱਤੇ ਆ, ਸ਼ੇਅਰ ਕੀਤਾ? ਸਾਨੂੰ ਨੀ ਪਤਾ ਜੀ ਕਿੱਧਰੋਂ ਦਿੱਤਾ ਇਹਨਾਂ ਨੇ, ਜੇ 10,00,000 ਸਾਨੂੰ ਹੀ ਦੇਣਾ ਸੀ, ਕੱਲੀ ਕੁੜੀ ਕਿਉਂ ਨੀ ਭੇਜੀ ਇਹਨਾਂ ਨੇ, ਮੈਨੂੰ ਕਿਉਂ ਵਿੱਚ ਫਸਾਇਆ ਇਹਨਾਂ ਨੇ ਬੇ ਮਤਲਬ ਤੋਂ? ਜੇ 10-12 ਲੱਖ ਦੇ ਵਿੱਚ ਕੁੜੀ ਚਲੀ ਜਾਂਦੀ ਆ, ਕਿਉਂਕਿ ਜੇ ਤੁਸੀਂ ਆਪ ਪੈਸੇ ਦੇਣੇ ਆ ਤਾਂ ਤੁਹਾਨੂੰ ਤਾਂ ਲੋੜ ਹੀ ਨੀ ਸੀ ਮੁੰਡੇ ਦੇ ਨਾਲ ਵਿਆਹ ਕਰਨ ਦੀ, ਤੁਸੀਂ ਮੁੰਡਾ ਤਾਂ ਲੱਭਿਆ ਆ ਕਿ ਉਹ ਪੈਸੇ ਤਾਰੂਗਾ, ਸਾਡੀ ਕੁੜੀ ਚੱਲ ਜਾਊਗੀ, ਤੇ ਕੁੜੀ ਜਾ ਕੇ ਮੁੱਕਰ ਜਾਂਦੀ ਆ। ਮੇਰੀ ਗੱਲ ਸੁਣੋ, ਤੁਸੀਂ ਪਹਿਲਾਂ ਇਹ ਸੋਚੋ, ਜਾਣ ਵਾਸਤੇ ਪਹਿਲਾਂ ਇੱਕ ਇਹਨਾਂ ਨੇ ਇੱਥੋਂ ਇੱਕ ਸਮੈਸਟਰ ਦੀ ਫੀਸ ਭਰੀ, ਬਾਕੀ ਭੇਜੀ ਉੱਥੇ ਕੋਈ ਪੁੱਛੋ ਤਾਂ 20 ਲੱਖ 40 ਲੱਖ ਕਿੱਦਾਂ ਲੱਗ ਗਿਆ? ਹੋਲਡ ਅਮ, ਇਹਦਾ ਮਤਲਬ ਇਹ ਆ ਜੀ, ਇਹਦਾ ਮਤਲਬ ਇਹ ਆ ਕਿ ਤੁਸੀਂ ਸੱਚ ਹੁਣ ਬੋਲਿਆ ਕਿ ਇੱਕ ਇਹਨਾਂ ਨੇ ਫੀਸ ਭਰਤੀ ਤੇ ਬਾਕੀ ਦੀ ਚਲੋ ਤੁਸੀਂ ਭਰੀ ਆ, ਦੂਜੀ ਫੀਸ ਤੁਸੀਂ ਭਰੀ ਆ, ਤਾਂ ਆਪਣੀ ਤੁਸੀਂ ਕੁੜੀ ਦੀ ਖਾਤਰ ਭਰੀ ਆ, ਨਾ ਕਿ ਤੁਸੀਂ ਪੈਸੇ ਮੁੰਡੇ ਨੂੰ ਦਿੱਤੇ ਆ। ਮੈਂ ਕਿਹਾ ਜੀ ਮੁੰਡੇ ਨੂੰ ਕੀ, ਇਹਦਾ ਰਿਕਾਰਡਿੰਗ ਆ ਸਾਡੇ ਕੋਲੇ, ਇਹਦੇ ਪਿਓ ਨੇ ਕਿਹਾ ਵੀ ਪੈਸੇ ਮੈਂ ਲਏ ਆ। ਮਨਦੀਪ, ਇਹ ਪੈਸੇ ਜਿਹੜੇ ਲਏ ਆ ਤੁਸੀਂ? ਨਹੀਂ ਜੀ, ਨਹੀਂ ਕੋਈ ਰੁਪਈਆ ਨੀ ਲਿਆ ਸੀ। ਪਬਲਿਕ ਓਪੀਨੀਅਨ ਨੂੰ ਪ੍ਰੋਸੀਡ ਕਰੋ, ਆਪਣਾ ਨਵਾਂ ਲੋਗਨ ਪ੍ਰੋਸੀਡ ਕਰੋ।
प्लीज प्ले न्यू लॉगो प्लीज होल्ड रखो एक मिनट सरदार लखविंदर लखवीर सिंह बड़े इलाके की शान है बड़े सत्कारयोग ने और असं सत्कार करते हैं प्लीज प्रोसीड दैट असं पब्लिक अपील लेनी चाहेंगे स्टैंड बाय प्लीज बोथ पार्टी लखविंदर